ਮਤਲਬ ਦੇਸੀ ਮੋਟਰ ਵਾਲਾ ਚਿਕਨ ਵਲੌਗ ਨਾ ਵਲੌਗ ਤੁਸੀਂ ਜ਼ਰੂਰ ਦੇਖ ਲਿਓ ਇਹ ਆਪਣਾ ਜਿਹੜਾ ਵਲੌਗ ਬਣਾਇਆ ਹੋਇਆ ਚਿਕਨ ਦੀ ਰੈਸਪੀ ਆ ਪੂਰੀ ਗੜਗਾਂ ਚ ਪੂਰੀ ਮੈਨੂੰ ਲੱਗਦਾ ਨਹੀਂ ਨਹੀਂ ਥੱਲੇ ਲੱਗੇ ਨੀ ਦੇਖ ਲਾ ਸਾਫ ਤਾਂ ਵਿਗੜਾ ਹੀ ਟਮਾਟਰ ਆਪਾਂ ਚਿਕਨ ਤੋਂ ਬਾਅਦ ਪਾਵਾਂਗੇ ਉਹ ਯਾਰ ਇਹ ਕਦੋਂ ਪਾਉਣੇ ਸੀ ਕਸ਼ਮੀਰੀ ਓਹ ਕਸ਼ਮੀਰੀ ਮਿਰਚ ਕਿਆ ਬਾਤਾਂ ਨੇ ਹੋਰ ਪਾ 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 ਥੋੜਾ ਜਿਹਾ ਵੀ ਕਟਾਈ ਹੋਈ ਆ ਸਾਨੂੰ ਭੈੜਾ ਹੀ ਹੈ ਨਾ ਤੇ ਹੁਣ ਆ ਰਿਹਾ ਆਪਣਾ ਮਿਰਚ ਕੱਟ ਲਈਏ ਚੱਲ ਹਥਿਆਰ ਛੱਡਿਆ ਚਲਾਉਣੇ ਨਹੀਂ ਭੁੱਲੇ ਲਓ ਵੀ ਮਿੱਤਰੋ ਸਵਾਗਤ ਆ ਤੁਹਾਡਾ ਸਾਡੇ ਮਿੰਨੀ ਵਲੌਗ ਦੇ ਵਿੱਚ ਇਹ ਅਸੀਂ ਮੈਨੂੰ ਮਿੰਨੀ ਕਹਾਂਗੇ ਕਿਉਂਕਿ ਸਾਡੇ ਵਲੌਗ ਹੁੰਦੇ ਲੰਬੇ ਲੰਬੇ ਜਦੋਂ ਅਸੀਂ ਪਾਉਂਦੇ ਹਾਂ ਤਾਂ ਅਸੀਂ 20-25 ਮਿੰਟ ਤੱਕ ਲੈ ਜਾਂਦੇ ਹਾਂ ਕਿਉਂ ਸਲੀਮੇ ਕਿਉਂਕਿ ਪੂਰਾ ਦਿਨ ਦਿਖਾਈਦਾ ਬੰਦਿਆਂ ਨੂੰ ਕਿ ਅਸੀਂ ਕਰਦੇ ਕੀ ਹਾਂ ਅਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਮਤਲਬ ਕਿ ਤੁਹਾਨੂੰ ਘੱਟ ਹੀ ਪਤਾ ਸਾਡੇ ਬਾਰੇ ਅਤੇ ਲੋਕਾਂ ਨੂੰ ਬਹੁਤ ਪਤਾ ਕੀ ਕਰਦਾ ਅੱਜ ਅੱਤ ਕਰਾ ਦੇਣੀ ਆ ਹਾਂ ਅਤੇ ਕੀ ਚੱਲ ਅੱਜ ਬਣਾਉਣਾ ਚਿਕਨ ਚਿਕਨ ਬਣਾ ਰਿਹਾ ਕੜਾਹੀਆਂ ਦੇਣਾ ਚਾਹੋ ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਕੱਢੀਆਂ ਵਾ ਇਹ ਕੜਾਈ ਉਹ ਚ ਬਣਨਾ ਉਹ ਵੱਡੀ ਆ ਕੜਾਈ ਇਹਨੂੰ ਮੈਂ ਇਹੀ ਕਿਹਾ ਮੈਂ ਕਿਹਾ ਇਹ ਚ ਹੀ ਬਣਨਾ ਵਾ ਇਹ ਚ ਪੂਰਾ ਪਾਇਆ ਹੋਇਆ ਫਿਰ ਇਹ ਚ ਸਮਾਨ ਪੈਣਾ ਕੜਾਈ ਕੜਛੀ ਵੱਜਣੀ ਆ ਹਾਂ ਇਹ ਕੜਾਈ ਵੀ ਬਾਬੇ ਆਦਮ ਵੇਲੇ ਦੀ ਆ ਇਹ ਹੈਨਾ ਓਏ ਤੇਰੇ ਭਾਂਡੇ ਕਿੰਨੇ ਪਿਆ ਧੋਣ ਵਾਲੇ ਆ ਜਾ ਉਹ ਮੇਰੀ ਗੱਲ ਸੁਣਾ ਆ ਆ ਕਿਹਨੂੰ ਰੱਖਿਆ ਤੂੰ ਇੱਥੇ ਕਿਹੜਾ ਉਹ ਫਰਿੱਜ ਦੇ ਉੱਤੇ ਆਏ ਲਾ ਜਿਵੇਂ ਲਾਸ਼ ਪਈ ਹੁੰਦੀ ਆ ਇਹ ਉਹ ਘਰ ਆ ਉਹਦਾ ਸਟੋਲਰ ਹੈ ਉਹਦਾ ਜਵਾਕਾਂ ਨੂੰ ਰੋਡ ਨਾਲਾ ਪਾ ਕੇ ਘਰੇ ਬੁੜੀਆਂ ਹੁੰਦੀਆਂ ਤੇ ਉਹ ਸੰਭਾਲ ਸੰਭੂਲ ਲੈਂਦੀਆਂ ਕਿਚਨ ਤੇ ਬੰਦਿਆਂ ਦਾ ਕੰਮ ਤਾਂ ਤੁਹਾਨੂੰ ਪਤਾ ਕਿੱਦਾਂ ਦਾ ਹੁੰਦਾ ਤੇ ਹੁਣ ਅਸੀਂ ਕੀ ਕਰ ਸਕਦੇ ਹਾਂ ਸਾਡੇ ਇੱਥੇ ਹੁਣ ਫੈਮਿਲੀ ਹੈ ਨੀ ਸਾਡੇ ਨਾਲ ਤੇ ਢਿੱਡ ਤਾਂ ਭਰਨਾ ਹੀ ਔਖੇ ਸੌਖੇ ਇੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ 15 ਦਿਨ ਆਹੀ ਔਖਾ ਹੁੰਦਾ ਕਿਚਨ ਦਾ ਕਿਚਨ ਦਾ ਉਹ ਵੀ ਆਪਾਂ ਕੰਮ ਕਾਰ ਕਰਦੇ ਹਾਂ ਤਾਂ ਕਰਕੇ ਹਾਂ ਨਹੀਂ ਤਾਂ ਨਜ਼ਾਰੀ ਹੈ ਯਾਰ ਨਹੀਂ ਤਾਂ ਵੈਲ ਐਂਡ ਡਨ ਕੰਮ ਆ ਪੂਰਾ ਹਨਾ ਤੇ ਮੈਂ ਬਹਿ ਜਾਂ ਇੱਕ ਮਿੰਟ ਇੱਥੇ ਨਹੀਂ ਤਾਂ ਜੇ ਤੂੰ ਕੰਮੇ ਛੋਟੇ ਤੂੰ ਰੋਟੀ ਬਣਾਉਣੀ ਆ ਇਕੱਲੀ ਪੋਚਾ ਮਾਰਨਾ ਮੈਂ ਖੁਸ਼ ਹਾਂ ਹਾਂ ਤੇ ਆਪਾਂ ਖੁਸ਼ ਹਾਂ ਮੈਂ ਹੁਣ ਬਣੂਗਾ ਚਿਕਨ ਇਹ ਕੁੱਕ ਜੰਡਿਆਲੇ ਵਾਲਾ ਲੱਗ ਗਿਆ ਹਥਿਆਰ ਛੱਡਿਆ ਚਲਾਉਣੇ ਨੀ ਭੁੱਲੇ ਚੱਕ ਲਿਆ ਹਥਿਆਰ ਅੱਛਾ ਯਾਰ ਯਾਰ ਤੈਨੂੰ ਹੁਣ ਸਲੀਮੇ ਜੇ ਦੱਸਤਾ ਹੁਣ ਕਹਿਤਾ ਵੀ ਤੁਸੀਂ ਵੀ ਤਾਂ ਗੁਲਾਮੀ ਚ ਉਤਰੀ ਆਏ ਹੋ ਕਿਚਨ ਦੇ ਵਿੱਚ ਖੜੇ ਹੋ ਤੁਸੀਂ ਵੀ ਤਾਂ ਗੁਲਾਮੀ ਚ ਉਤਰੀ ਆਏ ਹੋ ਸਾਡੀਆਂ ਤਾਂ ਘਰ ਵਾਲੀਆਂ ਹੈ ਨੀ ਰੋਟੀ ਨੀ ਖਾਣੀ ਹਾਂ ਤੇ ਜਦੋਂ ਹੁੰਦੀਆਂ ਵਾ ਹਾਂ ਚੱਲ ਛੱਡ ਲੋਕਾਂ ਕਿਹੜਾ ਸਾਰੇ ਛੱਡ ਦਿਆ ਕਿਸੇ ਪਾਸੇ ਇਹਨਾਂ ਨੇ ਕਹਿਣਾ ਫਿਰ ਜਨਾਨੀ ਲਾਈ ਰੱਖ ਦਿਓ ਐਂ ਕਰੀ ਰੱਖ ਦਿਓ ਹਾਂ ਇਹ ਵੀ ਗੱਲ ਸਹੀ ਆ ਹਾਂ ਜਨਾਨੀਆਂ ਕਿਚਨ 'ਚ ਖੜਨ ਹੁੰਦੀਆਂ ਨੇ ਹਾਂ ਚਲੋ ਵੀ ਮਿੱਤਰੋ ਇੱਧਰੋਂ ਇੱਧਰੋਂ ਆਉਣਗੇ ਆਪਣੇ ਪਿਆਜ਼ ਪਿਆਜ਼ਾਂ ਦਾ ਵੇਟ ਹੋ ਰਿਹਾ ਵਾ ਠੀਕ ਆ ਅਤੇ ਨਾਲ ਹੀ ਹੁਣ ਜਦੋਂ ਤੜਕੇ ਛੱਡ ਕੇ ਲੱਗਣ ਲੱਗੇ ਨਾ ਹਾਲੇ ਤਾਂ ਆਹ ਗਾਰਲਿਕ ਲਸਣ ਸਮਾਨ ਮੰਗਾਉਂਦਾ ਯਾਰ ਫੁੱਦੂ ਪੂਰਾ ਨਹੀਂ ਮੰਗਾਉਂਦਾ ਯਾਰ ਹੱਦ ਹੋ ਗਿਆ ਆਪਾਂ ਨੂੰ ਹੁਣ ਕੀ ਪਤਾ ਯਾਰ ਇਕੱਲੀ ਇਕੱਲੀ ਚੀਜ਼ ਭੁੱਲ ਜਾਈਦੀ ਆ ਖਾਣ ਨੂੰ ਬਿਸਕੁਟ ਮੰਗਾਏ ਪਤਾ ਨਹੀਂ ਉਹ ਕਰੀਮ ਵਾਲੇ ਮੰਗਾ ਲਏ ਮੈਂ ਪਰ ਉਹ ਹੈ ਨਹੀਂ ਮੈਂ ਦਿਖਾਉਣਾ ਕੱਲ ਅਸੀਂ ਅੱਛਾ ਮੇਰੀ ਗੱਲ ਰੋਟੀ ਰੋਟੀ ਨਾਲ ਵੀ ਹੈ ਨਹੀਂ ਗਾ ਕਦੇ ਚਾਹ ਨਾ ਖਾ ਲੈਂਦਾ ਆ ਮੰਗਾ ਲੈ ਉਹ ਵੀ ਇੱਕ ਡੱਬੀ ਪਿਆਜ਼ ਆ ਗਿਆ ਇੱਕ ਕਿਲੋ ਚੱਲ ਬਾਈ ਠੀਕ ਹੈ ਕੌਣ ਬਣਾ ਦੇ ਇਹਨਾਂ ਨੂੰ ਵਧੀਆ ਤਿੰਨ ਪਾਉਣੇ ਇੱਕ ਕਿਲੋ ਚਿਕਨ ਚ ਤੇ ਮੈਂ ਦੱਸਾਂ ਤੁਹਾਨੂੰ ਚਿਕਨ ਦਾ ਵੱਧ ਦੱਸਦਾ ਮੈਨੂੰ
ਬੈਚਲਰਾਂ ਦਾ ਬਸ ਆਂਡੇ ਆਂਡਿਆਂ 'ਚ ਅੱਧੀ ਜਾਨ ਹੁੰਦੀ ਆ ਨਾ, ਜਿਵੇਂ ਜਾਦੂਗਰ ਦੀ ਤੋਤੇ 'ਚ ਹੁੰਦੀ ਆ। ਆਂਡੇ ਦੀਆਂ ਟਰੇਆਂ ਮੰਗਾ ਲਈਆਂ ਵਾਧੂ, ਹੁਣ ਆਂਡੇ ਭੰਨੇ ਜਾਣੇ ਪ੍ਰੋਪਰ। ਆਪਾਂ ਕੱਲ੍ਹ ਇੱਥੋਂ ਕੱਲ੍ਹ ਮੰਗਾਏ ਸੀ ਮੈਂਗੋ, ਆਹ ਥੋੜ੍ਹੇ ਜਿਹੇ ਗਲੇ ਜਿਹੇ ਆ, ਹਾਂ ਇਹ ਆਪਾਂ ਸਾਈਡ 'ਤੇ ਕੱਢ ਕੇ ਰੱਖੇ ਆ, ਅਤੇ ਦੋ ਸਿੰਦੜੀ ਅੰਬ ਮੈਂਗੋ, ਸਿੰਦੜੀ ਸਿੰਦੜੀ। ਮੈਂ ਰਾਤ ਆਈ ਆ, ਪੇਟੀ ਆਈ ਆ 12-1 ਵਜੇ ਰਾਤ ਨੂੰ, ਹਾਂ ਮੈਂ ਖਾ ਕੇ ਪਿਆ। ਪਾਕਿਸਤਾਨੀ ਸਿੰਦੜੀ ਅੰਬ ਆਏ ਅੱਤ ਜਮਾ ਹੀ ਘੈਂਟ। ਚਲੋ ਵੀ ਮੱਖਣੋ, ਤੁਹਾਨੂੰ ਮਿਲਦੇ ਅਸੀਂ ਹੁਣ ਕਿਹੜੀ ਰੈਸਿਪੀ ਹੁਣ ਬਣਾਉਣ ਲੱਗਿਆ ਮੁੰਡਾ, ਤੇ ਮੁੰਡਾ ਵਧੀਆ ਕੋਕਾ ਪੰਜਾਬ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਔਰ ਦੁਬਈ ਦੇ ਵਿੱਚੋਂ। ਇਹਨੂੰ ਭਾਂਡੇ ਮੰਨਦੀ ਹੈ। ਚਲੋ ਵੀ ਮਖਣੋ, ਚਿਕਨ ਏਦਾਂ ਨੀ ਬਣ ਜਾਂਦਾ, ਇਹਨੂੰ ਪਹਿਲਾਂ ਆਪਾਂ ਸਿਰਕੇ ਨਾਲ ਵਿਨੇਗਰ ਨਾਲ ਧੋਣਾ ਵਾ, ਸਿੰਪਲ ਜਿਹੜਾ ਹੁੰਦਾ ਹਨਾ, ਧੋ ਕੇ ਨਾ ਯਾਰ ਆਸੇ ਪਾਸੇ ਗੰਦ ਪਿਆ ਉਹ ਤੇ ਨਾ ਜਾਇਓ, ਜਿਵੇਂ ਆਹ ਕੱਪੜੇ ਨਾ ਸਫਾਈ ਕਰਦੇ ਤੇ ਉਹਨੂੰ ਆਪਾਂ ਦੋ ਢੱਕਣ ਪਾ ਕੇ ਨਾ, ਇਹਨੂੰ ਦੋ ਢੱਕਣ ਪਾ ਕੇ ਬਾਬੇ ਇਹਨੂੰ ਧੋ ਕੇ ਫਿਰ ਦੇਖੀ ਹੁਣ ਚਿਕਨ ਬਣਦਾ, ਸਾਫ਼ ਕਰਕੇ ਵਧੀਆ ਹੱਥ ਕਰਵਾ ਦੇ। ਚਲੋ ਫਿਰ ਮਿਲਦੇ ਉੱਥੇ ਟੇਬਲ 'ਤੇ। ਕਿੱਥੇ ਕੁ ਪਹੁੰਚਿਆ ਬਾਈ? ਕਟਿੰਗ ਕਰਤੀ ਸਾਰੀ ਆਪਾਂ। ਕਿਆ ਬਾਤ ਹੈ! ਲਓ ਵੀ ਮਿੱਤਰੋ, ਗੱਲ ਹੈਗੀ ਇੱਦਾਂ, ਆਹ ਹੋ ਰਿਹਾ ਟਮਾਟਰ ਦਾ ਕੰਮ, ਠੀਕ ਹੈ, ਟਮਾਟਰ ਕੱਟਣਾ ਸਭ ਨੂੰ ਭੈੜਾ ਇਹੀ ਹੈ ਨਾ, ਅਤੇ ਹੁਣ ਆ ਰਿਹਾ ਆਪਣਾ ਮਿਰਚ ਕੱਟ ਲਈਏ, ਲਸਣ ਹੋ ਗਿਆ, ਇਹ ਲਸਣ ਅਤੇ ਅਦਰਕ ਇਕੱਠੇ ਹੀ ਹੈ ਜਾਂ, ਅਤੇ ਉਹ ਪਿਆ ਪਿਆਜ਼, ਠੀਕ ਹੈ, ਉਹ ਪਿਆ ਚਿਕਨ ਧੋਤਾ ਹੋਇਆ, ਉੱਧਰ ਤੋਂ ਦਿਖਾਵਾਂਗੇ ਬਾਅਦ 'ਚੋਂ। ਅਤੇ ਕੁੱਕ ਸਾਹਿਬ ਨੂੰ ਹੁਣ ਤੁਸੀਂ ਮਿਲ ਲਓ। ਹਾਂਜੀ ਕੁੱਕ ਸਾਹਿਬ, ਕਿੰਨਾ ਟਾਈਮ ਲੱਗੂਗਾ? ਬਸ ਰੁਕ ਜਾ ਘੰਟਾ, ਮੈਂ ਵਧੀਆ ਬਣਾਉਣਾ ਪੂਰਾ ਤਾਂ। ਚੱਲ ਠੀਕ ਆ, ਚਲੋ ਜੀ ਹੁਣ ਬਾਅਦ ਦਾ ਪ੍ਰੋਸੈਸ ਤੁਹਾਨੂੰ ਥੋੜ੍ਹੇ ਟਾਈਮ ਬਾਅਦ ਦਿਖਾਉਣੇ। ਲਾ ਵੀ ਮਿੱਤਰੋ ਸੀ ਤੇਲ, ਉਹ ਵੀ ਅੰਦਾਜ਼ੇ ਨਾਲ ਆਪਾਂ ਨੂੰ ਅੰਦਾਜ਼ਾ ਹੋਇਆ, ਬੜਾ ਤਕੜਾ ਕੁੱਕ ਆ। ਚੱਕ ਬਈ ਮੰਤ ਮੱਖਣਾ, ਓਏ ਓਏ ਹੋਰ ਪਾ ਥੋੜ੍ਹਾ ਜਿਹਾ, ਫਿਰ ਹੋਰ ਹਾਂ ਪਾ 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 ਪਾ। ਚਲੋ ਜੀ ਇਹ ਹੋ ਗਿਆ ਆਪਣਾ ਮਸਟਰਡ ਓਇਲ, ਠੀਕ ਆ, ਅਤੇ ਆਹ ਹੋ ਗਿਆ ਕੁੱਕ, ਅਤੇ ਆਹ ਤਾਂ ਤੁਹਾਨੂੰ ਪਤਾ ਆਪਣੇ ਦੇਸੀਆਂ ਦੇ ਘਰ ਇਦੋਂ ਬਿਨਾਂ ਤਾਂ ਜ਼ਿੰਦਗੀ ਹੈ ਨਹੀਂ ਪਾਰ ਪੈਂਦੀ। ਚਿਕਨ ਆਪਾਂ ਵਧੀਆ ਫਰੈਸ਼ ਕਰਕੇ ਧੋ ਕੇ ਰੱਖ ਲਿਆ ਸੀਗਾ, ਅਤੇ ਆਹ ਪਿਆ ਬਾਕੀ ਆਪਣਾ ਸਮਾਨ, ਠੀਕ ਆ, ਪਾ ਦੇਣਾ ਰਗੜ ਕੇ ਪਾਉਣਾ। ਐਂਟਰ ਜਾਟ ਦੇਖਿਓ ਤੁਸੀਂ ਅੱਤ ਹੁੰਦੀ, ਠੀਕ ਆ ਨਾ, ਇਹਨੂੰ ਸਾੜ ਦੇ ਸੀ ਸਾਰੇ ਘਰ ਚੋਂ ਮਸ਼ਕ ਆਉਣ ਲਾ ਦੇ। ਲੋਕ ਵੀ ਮਿੱਤਰ ਦੁਆ ਕਰਿਓ, ਇਹਨੂੰ ਬੰਦ ਕਰ ਥੋੜ੍ਹਾ ਜਿਹਾ, ਸਾਰੇ ਜਣਿਆਂ ਨੇ ਪ੍ਰੇਅਰ ਕਰਨੀ ਆ ਤੁਸੀਂ ਵੀ ਸਾਡਾ ਚਿਕਨ ਸਿਰੇ ਚੜ੍ਹ ਜਾਓ ਔਰ ਵਧੀਆ ਬਣ ਜਾਏ। ਲਓ ਜੀ ਆਹ ਗਾਰਲਿਕ ਪੇਸਟ ਹੋ ਗਿਆ, ਠੀਕ ਆ, ਫਿਰ ਉਹ ਵੀ ਹੈਗਾ ਮਤਲਬ ਪ੍ਰੇਅਰ ਕਰਨੀ ਆਪਾਂ ਕਰ ਦੇਣਾ ਤੋਂ। ਓਏ ਹੋ ਹੋ ਹੋ, ਕੁੱਕ ਸਾਹਿਬ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਨੇ, ਕਿਉਂ ਇਹ ਬੰਦਾ ਕੁੱਕ ਘੈਂਟ ਆ, ਤੇ ਹੁਣ ਆਪਾਂ ਬਣਾਉਣੇ ਠੀਕ ਆ ਨਾ। ਮਿਰਚ ਕਸ਼ਮੀਰੀ, ਓ ਹੋ ਕਸ਼ਮੀਰੀ ਮਿਰਚ, ਕਿਆ ਬਾਤ ਤਾਂ ਨੇ, ਹੋਰ ਪਾ 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 ਥੋੜ੍ਹਾ ਜਿਹਾ, ਵੀ ਕਟਾਈ ਹੋਈ ਆ ਥੋੜ੍ਹਾ ਰੰਗ ਇਹਦੇ ਨਾਲ ਆਊਗਾ, ਥੋੜ੍ਹੀ ਹਲਕੀ ਜਿਹੀ ਪਾ ਲਾ, ਫਿਰ ਜਾਂ ਤਾਂ ਆਰ ਜਾਂ ਪਾਰ, ਬਸ ਪਿਆਜ਼ ਨਹੀਂ ਸਾੜਨਾ, ਪਰ ਪਿਛਲੀ ਤਰ੍ਹਾਂ ਕੌੜਾ ਨਹੀਂ ਪਾਉਣਾ, ਜ਼ਿਆਦਾ ਸੜਦਾ ਕੰਮ, ਭਾਜੜਾਂ ਪਈਆਂ ਪਈਆਂ ਨੇ, ਇਹਨੂੰ ਹੱਥ ਨਹੀਂ ਪੈਂਦਾ ਗਰਮ, ਆਹ ਕੱਪੜਾ ਰੱਖਣਾ, ਇਹਦੇ ਕੱਪੜਾ ਕੱਢ ਲਈ ਆ ਵਾਲਾ, ਇਹਨੂੰ ਅੱਗ ਲਾ ਲੇਗਾ, ਕੱਪੜਾ
ਬੜਾ ਗੰਦਾ ਨਹੀਂ ਆਉਂਦਾ, ਤੈਨੂੰ ਸਾਈਡ ਤੇ ਨਾ ਰੱਖ ਲਈ। ਪੂਰੀ ਮਤਲਬ ਯਾਰ ਸੌ ਲੱਗਿਆ, ਆਪਾਂ ਤਾਂ ਰੈਸਟੋਰੈਂਟ ਖੋਲ ਲੈਂਦੇ ਨਾ, ਬਾਅਦ ਚੋਂ ਆਪਣਾ ਰਹਿ ਜਾਊਗਾ। ਕੋਈ ਲੰਬ ਕੱਢ ਦੇਣੀ ਅੱਜ ਮਿਰਚਾਂ ਦੀ, ਮਿਰਚੋ ਮਿਰਚੀ ਲਾਲ ਵੀ ਹਰੀ ਵੀ ਨਹੀਂ, ਜਦੋਂ ਪਾਣੀ ਪੂਣੀ ਪੈ ਗਿਆ ਨਾ ਬਾਈ ਇਹਨੇ ਡੱਲ ਹੋ ਜਾਣਾ ਦੇਖੀ ਤੂੰ, ਆਹਦੇ ਗੱਲ ਨੂੰ ਪੂਰੀ ਆਦਤ। ਲਓ ਵੀ ਆਪਣਾ ਜਿਹੜਾ ਕੁੱਕ ਆ, ਇਹਦਾ ਕੁੱਕ ਨਹੀਂ ਆਪਾਂ ਨੂੰ ਲੱਭਣਾ ਕਿਤੇ, ਲੂਣ ਤਾਂ ਪਾਇਆ ਨੀ ਨਾ, ਮਤਲਬ ਸੋਲਟ ਪਾਊਗਾ ਹੁਣ, ਉਸ ਤੋਂ ਬਾਅਦ ਸੋਲਟ ਪਾ ਕੇ ਨਾ ਤੇ ਜਦੋਂ ਚਿਕਨ ਪਾਊਗਾ ਉਹ ਵੀ ਤੁਹਾਨੂੰ ਦਿਖਾ ਦਿੱਤਾ ਜਾਊਗਾ। ਮਤਲਬ ਅੱਜ ਪੂਰੀ ਆਦਤ ਕਰਾਉਣੀ ਆਪਾਂ ਬਾਬੇ, ਕਿੱਦਾਂ ਬਾਬੇ ਠੀਕ ਆ? ਟਮਾਟਰ ਆਪਾਂ ਚਿਕਨ ਤੋਂ ਬਾਅਦ ਪਾਵਾਂਗੇ। ਉਹ ਯਾਰ ਇਹ ਕਦੋਂ ਪਾਉਣੇ ਸੀ? ਟਮਾਟਰਾਂ ਦੀ ਗੇਮ ਪੈ ਗਈ, ਟਮਾਟਰ ਪੈਣੇ ਕਦੋਂ? ਪੁੱਛ ਕਿਸ ਤੋਂ ਬਾਈ? ਕੋਈ ਬਾਅਦ ਚ ਪਾਵਾਂਗੇ ਟਮਾਟਰ, ਟਮਾਟਰ ਬਾਅਦ ਚ ਪੱਕੀ ਗੱਲ ਪੱਕੀ ਗੱਲ, ਚੱਲ ਠੀਕ ਆ ਫਿਰ ਰਹਿ ਗਈ ਆ, ਅੱਜ ਸ਼ੈਫ ਸਾਹਿਬ ਬਣਾਉਣਗੇ ਪੂਰਾ, ਛੱਡ ਦੇ ਤੇਰੇ ਤੇ ਛੱਡੀ ਫਿਰ ਗੇਮ, ਠੀਕ ਹੋ ਗਿਆ। ਅੱਜ ਆਪਾਂ ਮੱਚਣ ਤਾਂ ਨਹੀਂ ਉੱਤੇ ਮੈਨੂੰ ਲੱਗਦਾ, ਨਹੀਂ ਨਹੀਂ ਥੱਲੇ ਲੱਗੇ ਨਹੀਂ, ਦੇਖ ਲੈ ਸਾਫ ਤਾਂ ਵਿਗੜਾ ਹੀ। ਚਲੋ ਠੀਕ ਆ, ਓਕੇ। ਵਲੌਗ ਨਾ ਵਲੌਗ ਤੁਸੀਂ ਜ਼ਰੂਰ ਦੇਖ ਲਿਓ, ਇਹ ਆਪਣਾ ਜਿਹੜਾ ਵਲੌਗ ਬਣਾਇਆ ਹੋਇਆ ਚਿਕਨ ਦੀ ਰੈਸਪੀ ਆ, ਪੂਰੀ ਗੜਗੰਜ ਪੂਰੀ ਦੇਸੀ ਚਿਕਨ ਬਣਨ ਲੱਗਿਆ ਅਤੇ ਇਹਨੂੰ ਪੂਰੇ ਦੇਖ ਕੇ ਜਾਣਾ, ਸਟੇ ਟਿਊਨਡ ਕਹਿੰਦੇ ਹੁੰਦੇ ਨਾ ਬਾਈ, ਸਾਡੇ ਨਾਲ ਜੁੜੇ ਰਹੋ, ਮਤਲਬ ਘੁਮਾ ਇਹਨੂੰ ਬੰਦਿਆਂ ਨੂੰ ਘੁਮਾ, ਟੁੱਟ ਨਾ ਜਾਵੇ ਫਿਰ ਬੁੜੀਆਂ ਨੂੰ ਘੁਮਾ, ਬੰਦਿਆਂ ਨੂੰ ਨਾ ਘੁਮਾ ਇਹਨੂੰ, ਜੂਸ ਕੱਢ ਲਿਆ ਮਾਮਾ, ਕੱਟ ਕੇ ਪਾਉਣੇ ਸੀ ਇਹ, ਜ਼ੋਰ ਜ਼ੋਰ ਦੀ ਮਾਰਨ ਨੂੰ ਆ, ਔਖਾ ਇਹਦਾ ਬਾਈ, ਵਧੀਆ ਬਣ ਗਏ ਵਧੀਆ ਬਣ ਗਏ, ਹਾਂ ਚੱਲ ਚੱਲ ਵਧੀਆ ਬਣ ਗਿਆ ਪੇਸ ਦਿਖਾਉਣਾ ਵੀ ਜ਼ਰੂਰੀ ਆ, ਚਿਕਨ ਥੱਲੇ ਡੋਲਦਾ ਡੁੱਲੀ ਜਾਵੇ, ਥੋੜਾ ਪਾਣੀ ਪਾ ਦੇ ਨਹੀਂ ਹਜੇ ਛੱਡੂ ਪਾਣੀ ਨਹੀਂ ਰੁਕਦਾ ਤੂੰ ਸਾਹਿਬ ਸਾਹਿਬ, ਟਮਾਟਰ ਬਾਅਦ ਰੱਖੇ ਆਪਾਂ, ਬਣ ਰਿਹਾ ਕੰਮ, ਵਾਹ ਸਲੀਮੇ ਮੇਲਾ ਤਾਂ ਅੱਜ ਹੋਈ ਗੱਲ, ਸਲੀਮ ਤੇਰੇ ਵਰਗਾ ਸ਼ੈਫ ਨੀ ਮੈਂ ਦੇਖਿਆ, ਸਲੀਮ ਤੇਰੇ ਵਰਗਾ ਸ਼ੈਫ ਨੀ ਦੇਖਿਆ ਛੋਟੇ ਮੈਂ, ਪਿਛਲੀ ਵਾਰ ਤੂੰ ਕੌੜਾ ਬਣਾਤਾ ਸੀਗਾ ਤੇ ਆਪਾਂ ਡੇਢ ਕਿਲੋ ਚਿਕਨ ਸੁੱਟਿਆ ਸੀ, ਤਾਂ ਮੈਂ ਕਿਲੋ ਮੰਗਾਇਆ, ਅੱਜ ਕਿਲੋ ਮੰਗਾਇਆ ਡੇਢ ਨੀ ਮੰਗਾਇਆ, ਸੁੱਟਾਂਗੇ ਤਾਂ ਕਿਲੋ ਸੁੱਟਾਂਗੇ ਡੇਢ ਨੀ ਸੁੱਟਦੇ। ਚੰਗਾ ਜੀ ਮਿਲਦੇ ਹਾਂ ਤੁਹਾਨੂੰ ਹੁਣ ਅਸੀਂ ਅਗਲੇ ਸਟੈਪ 'ਤੇ, ਚੰਗਾ ਬਾਬਾ।
ਇਹ ਪਿਆਜ ਪਿਆਜਾਂ ਦੇ ਨਾਲ ਪਾਉਣਾ ਸੀ ਯਾਰ ਥੋੜੇ ਟਾਈਮ ਬਾਅਦ। ਮਾਮਾ ਹੁਣ ਤੂੰ ਲੇਟ ਕਰਾਤਾ, ਜਲਦੀ ਪਾ ਜਲਦੀ ਪਾ ਜਲਦੀ। ਸ਼ਾਬਾਸ਼, ਕੋਈ ਗੱਲ ਨੀ, ਦੇਖੀ ਦਾ ਆਪਾਂ ਨਵੀਂ ਸਿਸਟਮ ਕੱਢ ਲੈਣਾ। ਚੱਲ ਜੂ ਗਰਮੀ ਕਰਨਾ, ਠੀਕ ਆ ਹਾਲਾਤ ਇਹਨੂੰ। ਵੈਰੀ ਗੁੱਡ ਯਾਰ, ਇਹਨਾਂ ਕੱਪੜਾ ਆਪਣੇ ਨਾਲ ਫੜ ਕੇ ਨਾ ਦੋਸਤ। ਇਹ ਪਿਆਹਾ ਟਮਾਟਰ ਪੈਣਾ ਸੀਗਾ, ਮਤਲਬ ਕਿ ਪਿਆਜ਼ਾਂ ਦੇ ਨਾਲ ਨਾਲ ਹੀ ਉਦੋਂ ਵਧੀਆ ਤੜਕੇ ਦੇ ਨਾਲ ਨਾਲ, ਤੇ ਅਸੀਂ ਪਾਇਆ ਹੁਣ ਐਂਡ 'ਚ ਜਮਾਂ, ਅਸੀਂ ਯੂਨੀਕ ਆਈਡੀਆ ਕੱਢ ਰਹੇ ਹਾਂ। ਬਸ ਬਾਈ ਸੇਕ ਲਵਾ ਲੈਣਾ, ਕੁਛ ਤਾਂ ਸਵਾਦ ਦਊਗਾ ਜੀ ਹੁਣ। ਠੀਕ ਆ, ਇਹ ਬਣਨਾ ਆਪਣਾ ਭੁੰਨਾ ਚਿਕਨ। ਭੁੰਨਾ ਚਿਕਨ ਨੀ, ਭੂਨਾ ਚਿਕਨ ਪੰਜਾਬੀ ਚ ਭੁੰਨਾ ਹੋਊ। ਦੇਖੀ ਤੂੰ ਗੱਲ ਦੇਖੀ ਬਣਦੀ ਫਿਰ ਬਾਈ। ਤੈਨੂੰ ਵਧਾਈਆਂ ਯਾਰ, ਕਾਹਦੀਆਂ? ਆਹ ਚਿਕਨ ਬਣ ਚੱਲਿਆ ਆਪਣਾ, ਦੇਖ ਤਾਂ ਸਹੀ ਰੰਗ ਰੁੰਗ ਕਿੰਨਾ ਸੋਹਣਾ ਫੜਿਆ ਇਹਨੇ, ਦੇਖ ਕਰਾਈ ਨਾ ਅੱਤ ਯਾਰ, ਚਿਹਰੇ ਤੇ ਨੂਰ ਤਾਂ ਦੇਖੋ, ਨੂਰ ਦੇਖ ਤੂੰ, ਲੱਗਦੀ ਗੱਲਬਾਤ ਪੂਰੀ। ਪਾਰਟੀ ਆ ਇਹ, ਇਕੱਲਾ ਨੀ ਖਾ ਹੁਣ। ਹਾਂ ਠੀਕ ਆ, ਜੰਗ ਜਤਰੀ ਛੋਟੇ ਆਪਾਂ, ਜੰਗ ਹਲ ਤਾਂ ਇਹਨੂੰ ਪ੍ਰੋਪਰ ਫਾਈਨਲ ਸਟੇਜ ਤੇ ਆਉਣਾ ਹਨਾ। ਹਜੇ ਤਾਂ ਭੁੰਨ ਭੁੰਨ ਰਿਹਾ ਮੈਂ, ਭੁੰਨ ਰਿਹਾ ਇਹਨੂੰ, ਹਜੇ ਭੁੰਨੂ ਫਿਰ ਪਾਣੀ ਪਾਊ ਹੋਰ। ਵਾਹ, ਮੇਰੀ ਮੇਰੀ ਸ਼ੈਫ ਸਾਹਿਬ, ਤੈਨੂੰ ਗ੍ਰੇਵੀ ਬਣਾ ਕੇ ਦਊਂ ਐਨ ਪੂਰੀ ਗਾੜੀ। ਓਏ ਹੋਏ ਹੋਏ, ਜਮਾ ਦੇਸੀ ਕੰਮ, ਜਮਾ ਦੇਸੀ ਐਨ ਫਾਈਨਲ। ਦੇਸੀ ਕਿੱਥੇ, ਦੇਸੀਆਂ ਐ ਤਾਂ ਕਿੱਥੇ ਬਣਾ ਲੈਣਗੇ। ਜਿਹਨੇ ਵੀ ਪ੍ਰਮੋਸ਼ਨ ਕਰਵਾਉਣੀ ਹੋਵੇ ਸਾਤੋਂ, ਸਾਤੋਂ ਕਰਵਾ ਸਕਦੇ। ਅਸੀਂ ਤੁਹਾਡੀ ਕਿਚਨ 'ਚ ਆਵਾਂਗੇ, ਤੁਹਾਨੂੰ ਚਿਕਨ ਸਿਖਾਵਾਂਗੇ ਔਰ ਦੱਸਾਂਗੇ ਵੀ ਆਹ ਘਰ 'ਚ ਚਿਕਨ ਇੱਦਾਂ ਦਾ ਬਣਿਆ, ਇੱਦਾਂ ਦੀ ਪ੍ਰਮੋਸ਼ਨ ਕਹਿ ਰਹੇ ਹਾਂ ਅਸੀਂ। ਠੀਕ ਹੈ ਜੀ, ਤੂੰ ਦੇਖ ਤਾਂ ਸਹੀ ਨੂਰ ਰੰਗ ਰੂਪ ਦੇਖ ਬਾਈ। ਓਏ ਹੋਏ, ਨੂਰ ਦੇਖ ਕਿੰਨਾ ਉੱਠ ਕੇ ਆਇਆ ਚਿਕਨ ਤੇ, ਸਲੀਮੇ। ਓਏ ਹੋਏ, ਇੰਨਾ ਨੂਰ ਤਾਂ ਇਹਦੇ ਜਿਉਂਦੇ ਜਾਗਦੇ ਨਹੀਂ ਸੀ ਬਾਬੇ। ਛੋਟੇ ਜੀ ਤੂੰ ਜਿੰਨਾ ਜਿੰਨਾ ਕੜਾਈ 'ਚ ਪਿਆ, ਕੜਾਈ 'ਚ ਪਏ ਦੇ ਆਉਂਦਾ ਬਾਬੇ ਜੀ ਤੂੰ। ਨਾ ਜਿਹੜਾ ਪਿਆਜ਼ ਆ ਜੀ, ਥੋੜਾ ਵੀ ਐਂ ਵੱਡਾ ਵੱਡਾ ਕੱਟ ਦਿੰਦੇ ਨਾ, ਥੋੜਾ ਵੀ ਇੰਚ ਵੀ, ਬਸ ਉਹੀ ਕਲਾ ਬਾਈ, ਉਹੀ ਕਲਾ, ਉਹੀ ਕਲਾ ਜਿਹੜੇ ਤੂੰ ਟਮਾਟਰ ਕਮਾਏ। ਹਾਂ ਬਸ, ਉਹ ਰਗੜਿਆ, ਇਹੀ 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 ਸੀਕਰੇਟ ਹੁੰਦਾ, ਬਾਬੇ ਅੱਜ ਫੇਲ ਦੀ ਹੋਣੀ ਚਲੋ ਵੀ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਰੋਟੀਆਂ ਕਿਹੜੀਆਂ ਲੈ ਕੇ ਆਏ ਆਪਾਂ। ਚਿਕਨ ਬਣਾਉਣਾ ਸਿਖਾਤਾ ਨਾ, ਤੇ ਰੋਟੀਆਂ ਆਈਆਂ ਰੈਸਟੋਰੈਂਟ ਤੋਂ। ਹਾਂ ਉਹ ਦਿਖਾ ਦਿੰਦੇ ਆ, ਚਲ ਠੀਕ ਆ। ਆਹ ਰੋਟੀ ਆ ਪਠਾਣੀ ਤੰਦੂਰੀ ਰੋਟੀ, ਕਿਉਂ ਹੱਥ ਪੂਰੀ ਤੰਦੂਰੀ ਨਹੀਂ, ਉਹ ਤੰਦੂਰੀ ਦੂਜੀ ਹੁੰਦੀ ਆ, ਤੰਦੂਰੀ ਦੂਜੀ ਆ। ਹੂੰ, ਇਹ ਪਾਕਿਸਤਾਨੀ ਰੈਸਟੋਰੈਂਟ ਤੋਂ ਆਈ ਆ। ਚਲੋ ਜੀ, ਇਹ ਨਾਲ ਖਾਣੇ ਆਪਾਂ ਰੁਮਾਲੀ ਰੋਟੀ ਨਾਲ। ਬਾਏ ਬਾਏ। ਚਲੋ ਜੀ ਮੱਖਣੋ, ਅਗਰ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਵੇ ਚਿਕਨ ਦੀ ਰੈਸਪੀ ਦਾ, ਤੇ ਤਾਂ ਮੈਨੂੰ ਕਦੇ ਵੀ ਮੈਸੇਜ ਕਰ ਸਕਦੇ ਹੋ। ਹੋਰ ਵੀ ਬਹੁਤ ਆਪਣੇ ਕੋਲ ਵੈਰਾਈਟੀਆਂ ਬਣਾਉਣ ਵਾਲੀਆਂ, ਹੌਲੀ ਹੌਲੀ ਆਪਾਂ ਰਿਵੀਲ ਕਰਾਂਗੇ, ਦੱਸਾਂਗੇ ਤੁਹਾਨੂੰ, ਹੁਣ ਕਰਾ ਦੇਈਏ। ਚਲੋ ਜੀ, ਬੜੀ ਮਿਹਰਬਾਨੀ, ਆਪਣੇ ਨੈਕਸਟ ਵਲੌਗ 'ਚ ਮਿਲਦੇ ਆਪਾਂ। ਓਕੇ, ਇੱਕ ਅਨਦਰ ਰੈਸਪੀ ਨਾਲ, ਬਿਲਕੁਲ।
ਇਹਨੂੰ ਖਾਣ ਦਾ ਤਰੀਕਾ ਰੋਟੀ ਨਾਲ ਐਵੇਂ ਤੁਸੀਂ ਚਿਕਨ ਪੀਸ ਚੱਕਣਾ ਇਹਨੂੰ ਇੱਥੇ ਰੱਖ ਰੋਟੀ ਤੇ ਤੇ ਆਹ ਦੇਖ ਬਾਈ ਕਿੰਨਾ ਸੋਫਟ ਆ ਹੈ ਤੂੰ ਟੇਸਟ ਦੱਸ ਇਹ ਕੜਾਹੀ ਚ ਆਪਾਂ ਹੀ ਖਾਣਾ ਦੋਨਾਂ ਜਾਣਿਆਂ ਨੇ ਕੋਈ ਤੀਜਾ ਬੰਦਾ ਨਹੀਂ ਹੈਗਾ ਤਾਂ ਕਰਕੇ ਕੜਾਹੀ ਚ ਚੱਲਣ ਦੇ ਕੰਮ ਠੀਕ ਆ ਹੈ ਟੇਸਟ ਦੱਸ ਹਾਊ ਦਾ ਜੋਸ਼ ਬਾਈ ਮਾਂ ਹੈ ਤੈ ਨੀ ਬਾਈ ਇਹ ਰਿਕਾਰਡ ਆ ਤੇਰਾ ਇਹ ਵਰਲਡ ਰਿਕਾਰਡ ਆ ਯਾਰ ਬਸ ਅੱਤ ਹੋ ਗਈ ਨਾ ਸਲੂਟ ਹੋ ਗਿਆ ਬਸ ਹੁਣ ਤੈਨੂੰ ਮਟਨ ਖਵਾਓਗੇ ਇਸ ਦਿਨ ਗੱਲ ਤਾਂ ਇੱਦਾਂ ਵਾ ਕਹਾਣੀ ਤੇ ਚਿਕਨ ਤਾਂ ਅਸੀਂ ਆਪਦੇ ਹੱਥ ਦਾ ਬਣਾ ਲਿਆ ਕਿਉਂ ਅਸਲੀ ਮੈਂ ਤੇ ਬਾਅਦ ਚ ਹੁਣ ਬਾਈ ਜਦੋਂ ਜਵਾਕ ਗਿਆ ਨਾ ਮੌਜਾਂ ਹੀ ਆ ਕਿਉਂ ਆਪਾਂ ਤਾਂ ਮੌਜਾਂ ਹੀ ਲੁੱਟੀਆਂ ਆਹ ਜ਼ਿੰਦਗੀ ਮਿਲਣੀ ਯਾਰ ਕਿਤੇ ਸਕੂਨ ਵਾਲੀ ਹੈ ਨਾਲੇ ਅੰਬ ਆਹ ਸਿੰਧੜੀ ਅੰਬ ਆ ਕੱਲ ਮੰਗਾਈਆਂ ਦੋ ਪੇਟੀਆਂ ਕਿੱਦਣ ਮੁੱਕਣਗੀਆਂ ਛੋਟੇ ਉਹ ਤਿੰਨ ਤਿੰਨ ਖਾਈਦੇ ਭੈਣ ਚ ਕਿਤੇ ਇੱਕ ਪੂਰਾ ਨੀ ਨਸੀਬ ਹੁੰਦਾ ਜਵਾਕਾਂ ਦੀ ਗੈਂਦੀ ਖੁਸ਼ੀ ਬਹੁਤ ਆ ਚੱਲ ਕੋਈ ਗੱਲ ਨਹੀਂ